ਨਗਰ ਦੇ ਵਿੱਚ ਸੇਵਾ ਕੀਤੀ, ਬਲਾਕ ਸਮਿਤੀ ਦੇ ਮੈਂਬਰ ਬਣੇ
ਅਤੇ ਇਸ ਅਸਥਾਨ ਜਿੱਥੇ ਆਪਾਂ ਬੈਠੇ ਹਾਂ ਬਹੁਤ ਵੱਡਾ ਅਸਥਾਨ ਹੈ ਇਲਾਕੇ ਦਾ, ਬਹੁਤ ਦੂਰੋਂ ਦੂਰੋਂ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਹਨ। ਇਸ ਅਸਥਾਨ ਦੇ ਮੁੱਖ ਸੇਵਾਦਾਰ ਦੀ ਸੇਵਾ ਵੀ ਉਹਨਾਂ ਨੇ ਨਿਭਾਈ। ਬੜਾ ਦੁੱਖ ਹੋਇਆ ਸਾਡਾ ਸਾਥੀ ਸੰਚਾਰ ਸਾਡੇ ਨਿਰਮਲ ਸਿੰਘ ਇੱਕ ਬੜੀ ਸਾਦਗੀ ਸ਼ਖਸੀਅਤ ਦੇ ਮਾਲਕ ਸਨ। ਬਾਣੀ ਦਾ ਫਰਮਾਨ ਹੈ ਸੰਜੋਗ ਵਿਯੋਗ ਤੋਂ ਇਨਕਾਰ ਚ ਲਵੇ, ਦੇਖਿਆ ਰਿਹਾ ਮਿਲਣਾ ਤੇ ਵਿਛੜਨਾ ਜਿਹੜਾ ਇਹ ਦੋ ਜਿਹੜੇ ਕੰਮ ਉਹ ਪਰਮਾਤਮਾ ਨੇ ਆਪਣੇ ਹੱਥ 'ਚ ਰੱਖੇ ਨੇ। ਜਿਹਨੇ ਜਿਹਨੇ ਲੇਖ ਕੋਈ ਜੀਵ ਵਿੱਚ ਲਿਖਾ ਕੇ ਆਉਂਦਾ ਉਹ ਭੋਗ ਕੇ ਸੰਸਾਰ ਤੋਂ ਚਲੇ ਜਾਂਦਾ, ਲੇਕਿਨ ਜਿਹੜਾ ਮਨੁੱਖਾ ਜੀਵਨ ਹੈ ਇਹਦੇ ਤੋਂ ਸੱਚੇ ਪਾਤਸ਼ਾਹ ਨੇ ਸੋਝੀ ਬਖਸ਼ੀ ਹੈ ਕਿ ਜਿਹੜਾ ਜੀਵਨ ਮਿਲਿਆ ਇਹ ਤੈਨੂੰ ਉਸ ਪਰਮਾਤਮਾ ਦੇ ਨਾਲ ਮਿਲਦਾ ਹੀ ਜੀਵਨ ਮਿਲਿਆ, ਉਸ ਪਰਮਾਤਮਾ ਨੇ ਜਿਹਨੇ ਤੁਸੀਂ ਸੰਸਾਰ 'ਚ ਭੇਜਿਆ। ਅੱਜ ਆਪਾਂ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਰਦਾਰ ਨਿਰਮਲ ਸਿੰਘ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋ ਰਹੇ ਹਾਂ। ਸਾਰਿਆਂ ਨੇ ਉਹਨਾਂ ਦੇ ਨਿਮਿਤ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹੀ ਭੋਗ ਚੜੀ ਆਤਮਾ ਪਾਰ ਪਵਿੱਤਰ ਆਤਮਾ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਸਰਪੰਚ ਜਿਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਨ ਵਾਸਤੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਹਨ। ਬੇਟਾ ਇੱਧਰ ਲੋਕ ਸਾਹਮਣੇ ਦਾ ਬਾਬਾ ਜੀ ਰੁਕ ਜਾਓ, ਇੱਕ ਮਿੰਟ ਰੁਕ ਜਾਓ, ਰੁਕ ਜਾਓ, ਰੁਕ ਜਾਓ।
ਆਜੋ ਜੀ ਤੈਨੂੰ ਵੀ ਬਣਾ ਦਿਓ ਮੜਾ ਜੀ ਲਈ ਅਰਦਾਸ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.
ਵੱਡੀਆਂ ਹਸਤੀਆਂ ਔਰ ਕੁਦਰਤ ਦੇ
ਸਾਡੇ ਰੰਗ ਸਭ ਸੰਹਾਰ ਸੂਰਜ ਚੰਦਰਮਾ ਧਰਤੀ ਆਕਾਸ਼ ਸਭ ਆਪਣੇ ਆਪਣੇ ਆਕਾਰਾਂ 'ਚ ਜਿੱਥੇ ਬਣੇ ਉੱਥੇ ਆਕਾਰਾਂ 'ਚ ਹੋਰ ਵੀ ਰਹੇ। ਸੋ ਇਸ ਕੌੜੇ ਸੱਚ ਨੂੰ ਜਾਣਨਾ ਇਹ ਹਰੀ ਦੇ ਸਰੋਵਰ ਵਿੱਚ ਫੁੱਲ ਪਾਉਣੇ ਕਿਹਾ ਹੈ। ਆਓ ਫਿਰ ਯਤਨ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ੀ ਹੋਈ ਇਹ ਜਨਮ ਤੇ ਨਿਆਰੀ ਸੇਧ ਕਿ ਜਦੋਂ ਕੋਈ ਸਾਡਾ ਸਕਾ ਸੰਬੰਧੀ ਸਾਥੀ ਸਾਥੋਂ ਸਦਾ ਵਾਸਤੇ ਵਿਛੜ ਜਾਂਦਾ ਹੈ, ਇਹ ਜਿਹੜੀ ਮੌਤ ਦੀ ਕਿਰਿਆ ਇਹਦੇ ਵਾਪਰ ਜਾਣ ਉਪਰੰਤ ਧਰਤੀ 'ਤੇ ਖਾਸ ਕਰਕੇ ਮਨੁੱਖ ਦੁਨੀਆਂ ਦੇ ਵਿੱਚ ਮਨੁੱਖ ਦੁਨੀਆਂ ਦੇ ਵਿੱਚ ਭੂਗੋਲਿਕ ਵੰਡ ਅਨੁਸਾਰ ਜਾਂ ਦੇਸ ਕਾਲ ਸਮਾਂ ਆਪਣੇ ਆਪਣੇ ਮਤ ਦੀਆਂ ਵਜਦੀਆਂ ਪਰੰਪਰਾਵਾਂ ਨੇ ਅਤੇ ਭਾਰਤ ਖੰਡ ਦੇ ਵਿੱਚ ਜਿੱਥੇ ਪੌਰਾਣਿਕ ਕਥਾਵਾਂ ਦਾ ਦੇਸ਼ ਹੋਵੇ ਮਤ ਹੋਣ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਖਿਆ ਬੜੇ ਉਹਦੇ ਨਾਲ ਤਾਂ ਫਿਰ ਸਾਨੂੰ ਇੱਕ ਬੜਾ ਨਿਰਮਲ ਪੰਥ ਬਖਸ਼ਿਆ ਗੁਰਮਤਿ ਮਾਰਗ। ਉਹ ਕੀ ਹੈ? ਸਾਧ ਸੰਗਤ ਦੇ ਰੂਪ ਵਿੱਚ ਜੁੜਨਾ ਅਤੇ ਸਾਹਿਬ ਦੀ ਸਿਫਤ ਸਲਾਹ ਕਰਨੀ, ਉਹਦੀ ਕਿਸਮਾਤ ਕਿਸਮਾਤੀ ਕੁਦਰਤ ਦੇ ਨਿਯਮ ਨੂੰ ਸਮਝਣਾ, ਮਾਲਕ ਦੇ ਹੁਕਮ ਨੂੰ ਸਮਝਣਾ ਅਤੇ ਉਹਦੀ ਰਜ਼ਾ ਦੇ ਵਿੱਚ ਚੱਲਣਾ, ਇਹ ਸਾਨੂੰ ਗੁਰੂ ਨਾਨਕ ਦੇਵ ਜੀ ਦਾ ਮਾਰਗ ਹੈ। ਕਿਉਂਕਿ ਇਹ ਸੱਚ ਹੈ ਕਿ ਆਪੇ ਹੀ ਕਰਨਾ ਕੀਓ ਕਲ ਆਪੇ ਹੀ ਕਹਿ ਭਾਵੀ ਹੈ, ਦੇਖਿਆ ਕੀਤਾ ਆਪਣਾ ਘਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ, ਜਿਸ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋਂ ਵਿਸਾਰੀ ਹੈ, ਆਪਣ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀ ਹੈ। ਇਹ ਵਾਕਾਂ ਅਨੁਸਾਰ ਆਓ ਇਸ ਸੱਚ ਨੂੰ ਵਿਚਾਰੀਏ, ਕਿਉਂਕਿ ਆਪਾਂ ਵੀ ਇਸ ਪਾਲ ਦੇ ਵਿੱਚ ਲੱਗੇ ਹੋਏ ਹਾਂ। ਜਦੋਂ ਜੀਵ ਜਨਮ ਲੈ ਲੈਂਦਾ, ਜਨਮ ਤੋਂ ਬਾਅਦ ਮੌਤ ਦਾ ਸਫ਼ਰ ਆਰੰਭ ਹੋ ਜਾਂਦਾ। ਜਨਮਨ ਤਾਂ ਮਰਨਮ, ਹਰਖਨ ਤਾਂ ਸੋਗਨ, ਭੋਗਨ ਤਾਂ ਰੋਗਨ, ਪੂਜਨ ਸੋ ਨੀਚਨ, ਨਾਨਾ ਸੋ ਮੋਚਨ, ਮਾਨ ਤਾਂ ਅਪਮਾਨ। ਸੋ ਦੋ ਸਿਰਿਆਂ 'ਤੇ ਇਹ ਜਗਤ ਦੀ ਖੇਡ ਚੱਲਦੀ ਹੈ। ਔਰ ਦੋਵਾਂ ਸਿਰਿਆਂ ਦਾ ਆਪ ਸੁਆਮੀ ਖੇਲਰ ਦਿਵਸੈ ਅੰਤਰ ਜਨ ਖੇਡ ਆਉਂਦੀ ਹੈ। ਆਪਾਂ ਸਾਰੇ ਉਸਦੀ ਰੱਜੀ ਹੋਈ ਖੇਡ ਦੇ ਪਾਤਰ ਹਾਂ। ਕੋਈ ਕਿਸੇ ਰੂਪ 'ਚ ਧਾਰਨ ਕਰ ਲੈਂਦਾ ਇਹ ਸਰੀਰ ਨੂੰ ਕੋਈ ਕਿਸੇ ਰੂਪ 'ਚ, ਔਰ ਯਾਤਰਾ ਆਰੰਭ ਹੋ ਜਾਂਦੀ ਹੈ। ਕਿਤੇ ਨਾ ਕਿਤੇ ਜਾ ਕੇ ਇਹਨੇ ਮੁੱਕਣਾ ਹੁੰਦਾ ਹੈ। ਉਹਦੇ ਸਰੋਤ ਬਹੁਤੇ ਟਰਬਰ ਪੰਖੀ ਹੇਕੜੋ ਫਾਹੀ ਵਾਲ ਪਚਾਸ, ਇਹਦੇ ਰੁੱਖ 'ਤੇ ਇੱਕ ਪੰਖੀ ਬੈਠਾ ਅਤੇ ਉਹਨੂੰ ਫਾਹੀ ਵਾਲ ਪੰਜਾਹ ਨੇ ਪਾ ਕੇ ਬਹੁਤ ਸਰੋਤ ਨੇ ਮੌਤ ਦੇ ਇਸ ਜੀਵਨ ਦੀ ਸਮਾਪਤੀ ਹੋਣ ਦੇ ਅਣਗਿਣਤ ਅਨੋਖੇ ਕਾਰਨ ਹਨ, ਉਹ ਜਾਣੇ ਨਹੀਂ ਜਾ ਸਕਦੇ। ਇਸ ਲਈ ਕਿਹਾ ਜਾਂਦਾ ਵੀ ਸਮਾਂ ਸਥਾਨ ਅਤੇ ਸਾਧੂ ਕਦੋਂ ਕਿੱਥੇ ਕਿਵੇਂ ਮੌਤ ਦੀ ਕਿਰਿਆ ਵਾਪਰ ਜਾਣੀ ਹੈ ਅਤੇ ਉਦੋਂ ਜੀਵਨ ਲੀਲਾ ਮੁੱਕ ਜਾਂਦੀ। ਮੁੱਕਣ 'ਤੇ ਜਿਹੜਾ ਪੰਜ ਭੌਤਿਕ ਸਰੀਰ ਦੁਹੇਲੀ ਹੋ ਕੇ ਰਹਿ ਜਾਂਦੀ ਹੈ ਦੇਹੀ, ਅਤੇ ਉਹਦੇ ਨਾਲ ਨਾਲ ਹੀ ਜਦੋਂ ਦੇਹੀ ਬੋਲਦੀ ਨਹੀਂ, ਸੁਣਦੀ ਨਹੀਂ, ਚੱਲਦੀ ਫਿਰਦੀ ਨਹੀਂ, ਤਾਂ ਜਿਹੜਾ ਪਰਿਵਾਰ ਉੱਤੇ ਬਗੀਚਾ ਚਮਨ ਹੈ ਇਹ ਵਜੂਦ ਹੈ, ਇਹ ਨਿਰਾਸ਼ ਹੁੰਦਾ ਹੈ। ਔਰ ਜਦੋਂ ਇਸ ਵੇਲੇ ਆਪਾਂ ਇਸ ਜਗ੍ਹਾ 'ਤੇ ਹੁੰਦੇ ਹਾਂ ਤਾਂ ਇਹ ਸੱਚ ਨੂੰ ਜਾਣਨਾ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਸਾਹਿਬ ਜੀ। ਵੀ 70 ਵਰਸ ਇੱਕ ਇਹੋ ਜਿਹੀ ਹਵਾ ਚੱਲੀ ਹੋਈ ਹੈ
ਆਪਣੇ ਦੇਸ਼ ਦੀ ਖਾਸ ਕਰਕੇ ਪੰਜਾਬੀਆਂ ਦੀ ਧਰਤੀ 'ਤੇ ਇਹਨੇ ਆਪਣਾ ਪ੍ਰਕੋਪ ਵਧਾਇਆ ਹੋਇਆ ਉਹਦਾ ਕਾਰਨ ਕੋਈ ਹੋਰ ਨਹੀਂ ਕਰਤਾ ਪਰਮਾਤਮਾ ਹੈ ਅਤੇ ਕਾਰਨ ਅਸੀਂ ਹਾਂ ਸਾਡੇ ਗੱਤੇ ਦੋਸ਼ ਹਨ ਇਹ ਕੌੜਾ ਸੱਚ ਵੀ ਜਾਣਨਾ ਹੈ ਕਿਉਂਕਿ ਨਾਲ ਨਾਲ ਯਤਨ ਕਰੀਏ ਇਸ ਸੰਖੀਪ ਦੇ ਪ੍ਰਖਾਰੇ ਜੁੜੇ ਹਾਂ ਮੈਂ ਪਰਸੋਂ ਹੀ ਤੱਕ ਮੇਰਾ ਵਾਸ ਸੀ ਇਹਨਾਂ ਦੀ ਧਰਤੀ ਸੀ ਕੌਰ ਸਾਹਿਬ ਇੱਥੇ ਦੇ ਗੁਰਮੁਖਾਂ ਨਾਲ ਗੱਲ ਕੀਤੀ ਮਤਲਬ ਮੈਂ ਤੁਹਾਡੇ ਲੰਗਰ ਜਾਣਾ ਅਤੇ ਹਾਂਜੀ ਅਸੀਂ ਵੀ ਜਾਣਾ ਕਿ ਸਾਡੇ ਸਰਪੰਚ ਸਾਹਿਬ ਗੁਜ਼ਰ ਗਏ ਅਤੇ ਜੇ ਕਿਸੇ ਨੂੰ ਦਾਲ ਦੀ ਗੱਲ ਕਰੀ ਸੀ ਉਹ ਕਹਿੰਦੇ ਸਾਡੇ ਵੀ ਘਰ ਦੇ ਸਾਡੇ ਬਜ਼ੁਰਗਾਂ ਦੀ ਜਾਣ ਇੱਕ ਤਾਂ ਇਹ ਸਖੀਅਤ ਅਤੇ ਉਹਦੇ ਨਾਲ ਨਾਲ ਇੱਕ ਜਿਹੜਾ ਸੁਨੇਹਾ ਹੈ ਇਸ ਵੇਲੇ ਬਣਦਾ ਸਾਂਝਾ ਕਰਨਾ ਕਿ ਚਾਰ ਪੰਜ ਦਹਾਕੇ ਪਹਿਲਾਂ ਸਾਡਾ ਪੁਰਾਣੀ ਦੇ ਚਲਾਣਾ ਤੋਂ ਉਪਰੰਤ ਵਿਵਹਾਰ ਬੜਾ ਹੋਰ ਅਨੁੱਖਾ ਸੀ ਹੋਰ ਤਰ੍ਹਾਂ ਦਾ ਸੀ ਜਿੰਨਾ ਕੁ ਮੈਂ ਦੇਖਿਆ ਆਪਣੀਆਂ ਅੱਖਾਂ ਦੇ ਨਾਲ ਅਤੇ ਉਹਦੇ ਨਾਲ ਬਦਲਾਅ ਤਾਂ ਬਹੁਤ ਹੈ ਮੰਦਰ ਦੋਵਾਂ ਪੱਖ ਹਰੇਕ ਚੀਜ਼ ਦੇ ਹੁੰਦੇ ਨੇ ਅਤੇ ਉਹਦੇ ਨਾਲ ਨਾਲ ਹੀ ਗਗਨ ਸੰਗ ਜਾਲੀ
ਜੋ ਆਜਨ ਤਨ ਮਰਦਨ ਅੰਕਾ ਸੋ ਤਨ ਜਲੈ ਕਾਠ ਕੈ ਸੰਗ ਕਹਿਤ ਕਵੀ ਸੁਨੋ ਰੇ ਪੁਣੀਆ ਬਿਨਸੈ ਗੋ ਰੂਪ ਦੇਖੈ ਸਭ ਦੁਨੀਆ ਮੈਨੂੰ ਵੇਖਤ ਇਹ ਜਗ ਜਾਇ ਕਬੀਰ ਸਾਹਿਬ ਜੀ ਦਾ ਇਹ ਨਜ਼ਰੀਆ ਕਿ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖ ਰਿਹਾ ਹਾਂ ਕਿੰਨਾ ਜਗਤ ਜਾ ਰਿਹਾ ਹੈ ਉਪਜੈ ਨਿਪਜੈ ਨਿਪਜ ਸਮਾਜ ਨੈਨੋਂ ਦੇਖ ਕੇ ਜਗਤ ਔਰ ਉੱਥੇ ਦੇ ਨਾਲ ਹੀ ਇਸ ਦੇਹੀ ਦੀ ਨਾਸ਼ ਮਾਨਤਾ ਦਾ ਵੀ ਜ਼ਿਕਰ ਕਰਦੇ ਚੁੱਕੇ ਰੋਕਿਆ ਨਹੀਂ ਜਾ ਸਕਦਾ ਕੁਝ ਵਿਚਾਰ ਦੀ ਪ੍ਰੇਰਨਾ ਦੇ ਜਾਂਦੇ ਨੇ ਕਹਿ ਕਬੀਰ ਸੁਣੋ ਰੇ ਦੁਨੀਆ ਦੁਨੀਆ ਦਾ ਮਤਲਬ ਹੈ ਗੁਣੀ ਵਿਚਾਰ ਮਾਨ ਜਿਹੜਾ ਮਨੁੱਖ ਹੈ ਆਪਾਂ ਮਾਨਸ ਪ੍ਰਾਣੀਆਂ ਇਹ ਸਾਰੇ ਹੀ ਪ੍ਰਾਣੀਆਂ ਦੇ ਵਿੱਚੋਂ ਦੁਰਲੱਭ ਅੱਗੇ ਗਏ ਨੇ ਉਹਦਾ ਕਾਰਨ ਵੀ ਕੀ ਹੈ ਵਿਚਾਰ ਮਾਨ ਉਸਨੂੰ ਇੱਕ ਬੁੱਢੀ ਅਕਲ ਲਤੀਫ ਵੀ ਕਿਹਾ ਭਗਤ ਸਿੰਘ ਜੀ ਨੇ ਕਿਹਾ ਜੇ ਤੂੰ ਅਕਲ ਲਤੀਫ ਆਪਣੇ ਲਿਖਣਾ ਮਤਲਬ ਕਿ ਬਹੁਤ ਤੀਕਸ਼ਣ ਬੁੱਧੀ ਦਾ ਮਾਲਕ ਹੈ ਇਹ ਮਾਨਸ ਪ੍ਰਾਣੀ ਦੇਸ਼ ਹੈ ਸੁਲਭ ਹੈ ਉਹਦੀ ਇਨਸਾਨੀ ਸਭ ਤੋਂ ਵਿਸ਼ੇਸ਼ ਵੀ ਆਪਾਂ ਜੁੜ ਕੇ ਬੈਠਦੇ ਹਾਂ ਥਾਂ 'ਤੇ ਔਰ ਇੱਕ ਅੰਕੀਤ ਰੱਖੇ ਸੱਜਣ ਦੇ ਵਿਦਾ ਜਾਣ 'ਤੇ ਆਪਾਂ ਜੁੜ ਕੇ ਬੈਠੇ ਵਿਚਾਰ ਕਰਦੇ ਨੇ ਜਿੱਥੇ ਮੁੰਡੇ ਦੇ ਦਰ ਤੱਕ ਲਾਏ ਉਹ ਹੁੰਦਾ ਵੀ ਜੇ ਜ਼ਰੂਰ ਹੈ ਮਾਰਿਕ ਪ੍ਰਾਣੀ ਹੁੰਦਾ ਵੀ ਜ਼ਰੂਰ ਪ੍ਰਮਾਣ ਹੈ ਕਿ ਉਹ ਜਿਹੜੇ ਉਹਨੂੰ ਆ ਕੇ ਫਿਰ ਬੈਠਣਾ ਮਨਾਉਣਾ ਦਾ ਜੀਵਨ Thank you.
आप
ਜਾਣੀਆਂ ਘਟ ਘਟ ਕੇ ਅੰਦਰ ਕੀ ਜਾਂਦੇ ਵਾਸਤੇ ਜਿਹੜਾ ਹੈ ਗਾਇਕ ਪਿਛੜੀ ਗੁਰੂ ਦਰਸ਼ਨ ਕਰਨ ਦਾ ਕਾਰਨ ਕੀਤਾ ਜੀ ਉਹ ਅੱਜ ਸਿੱਖ ਸੰਗਤਾਂ ਦੀਆਂ ਹਾਜ਼ਰੀਆਂ ਤੇ ਪਿਤਾ ਦਾ ਪ੍ਰਵਾਸ ਕਰੋ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੋ ਪਰਿਵਾਰ ਨੂੰ ਭਾਣਾ ਮੰਨ ਦਾ ਵਾਲ ਬਖਸ਼ਿਸ਼ ਕਰੋ ਸਿੱਖ ਸੰਗਤਾਂ ਦੇ ਦਰਬਾਰ ਨੂੰ ਭਾਣਾ ਮੰਨ ਦਾ ਵਾਲ ਬਖਸ਼ਿਸ਼ ਕਰੋ ਮਹਾਰਾਜ ਪਿਛੜੀ ਗੁਰੂ ਦੀ ਆਤਮਾ ਨੂੰ ਸ਼ਾਂਤੀ ਬਖਸ਼ੀ ਡੇਢੀਆਂ ਡੇਢੀਆਂ ਟੂਟਾਂ ਤੋਂ ਪਛਾ ਕੇ ਤਾਂ ਕਿ ਤੁਹਾਡਾ ਆਪਣੇ ਦਰ ਪ੍ਰਵਾਸ ਲੈਣਾ ਤਾਂ ਬਖਸ਼ਿਸ਼ ਕਰ ਲਈ ਆਉ ਜਦ ਤੇ ਕਿਹੜਾ ਪ੍ਰਸ਼ਾਦ ਦੇਕ ਹੈ ਦਰਬਾਰ ਦਾ ਹਾਜ਼ਰ ਹਨ ਆਪ ਤੱਕ ਧੁੱਪ ਲਾਓ ਆਪ ਅਸੀਂ ਪ੍ਰਸਾਦ ਸਾਧ ਸੰਗਤ ਇਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀਰ ਪ੍ਰਧਾਨ ਮੈਂਬਰ ਵੀ ਰਹਿ ਚੁੱਕੇ
ਸੋ ਬਟਨ ਹੋਇਆ ਹੈ ਇੱਕ ਨੇਕ ਇਨਸਾਨ ਸਤਿ ਪੁਸ਼ਕਰ ਸੋ ਮੇਰਾ ਘਰ ਬਣਦਾ ਸੀ ਕਿਉਂਕਿ ਗੁਰਦੁਆਰਾ ਸਾਹਿਬ ਨੇ ਮੁੱਖ ਸੇਵਾਦਾਰ ਹੁੰਦੇ ਹੋਏ ਆਪਣੇ ਵੱਲੋਂ ਅਤੇ ਸਾਰੀ ਕਮੇਟੀ ਅਤੇ ਮੁਲਾਜ਼ਮਾਂ ਵੱਲੋਂ ਬਹੁਤ ਹੋਇਆ ਹੈ ਜਿਨ੍ਹਾਂ ਨੇ ਵੱਡੀ ਸੇਵਾ ਕੀਤੀ ਬਹੁਤ ਦੂਰ ਤੱਕ ਇਹਨਾਂ ਦਾ ਮਿਲਾਪ ਸੀ ਇਹੋ ਜਿਹੇ ਦੇਵ ਕੁਛ ਹੋਣੇ ਬਹੁਤ ਔਖੇ ਨੇ ਸੋ ਮੈਂ ਜ਼ਿਆਦਾ ਟਾਈਮ ਨੇ ਜਿਹੜਾ ਪੈਰ ਵੀ ਟਾਈਮ ਬਹੁਤ ਹੁੰਦਾ ਹੈ ਸੋ ਮੈਂ ਤਾਂ ਆਪਣੇ ਵੱਲੋਂ ਸੰਗਤਾਂ ਦਾ ਧੰਨਵਾਦ ਕਰਨਾ ਹੈ ਜੋ ਕਿ ਇਸ ਦੁੱਖ ਦੀ ਘੜੀ ਵਿੱਚ ਆ ਕੇ ਦੁੱਖ ਮਨਾਇਆ ਸੋ ਬਹੁਤ ਹੀ ਗੁਰਮੁਖ ਪਿਆਰ ਪਰਿਵਾਰ ਹੈ ਸੇਵਾਦਾਰ ਪਰਿਵਾਰ ਹੈ ਗੁਰੂ ਘਰ ਵਿੱਚ ਸੇਵਾ ਕਰਦੇ ਰਹਿੰਦੇ ਨੇ ਅੱਜ ਵੀ 30,000 ਰੁਪਏ ਗੁਰਦੁਆਰਾ ਸਾਹਿਬ ਲਈ ਇਹਨਾਂ ਨੇ ਦਾਨ ਕੀਤੇ ਕਣਕ ਕਲਾ ਵਿਖੇ ਮਹਾਰਾਜ ਸੋ ਹੁਣ ਦੋ ਦਿਨ ਬੁਲਾਏ ਨੇ ਪਹਿਲਾਂ ਮੈਂ ਬੇਨਤੀ ਕਰਾਂ ਬਾਬਾ ਜੀ ਪਾਵਨ ਪਵਿੱਤਰ ਅਸਥਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਰੂਪ ਸਾਧ ਸਿੰਘ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਣਾ ਰਾਓ ਨਾ ਗੋਰ ਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਹੋਏ ਨਾ ਬੰਦੇ ਧੀ ਜੋ ਉਪਜਿਓ ਸੋ ਬਿੰਸ ਹੈ ਪਰੋ ਆਜ ਕੇ ਕਾਰ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ ਅੱਜ ਆਪਾਂ ਸਾਰੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਜੋ ਕਿ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਸਰਦਾਰ ਨਿਰਮਲ ਸਿੰਘ ਜੀ ਜਿਨ੍ਹਾਂ ਨੇ ਕਿ ਛੋਟੀ ਉਮਰ ਦੇ ਵਿੱਚ ਹੀ ਇਸ ਪਿੰਡ ਦੇ ਜੋ ਸਰਪੰਚ ਸਾਹਿਬ ਦੀ ਡਿਊਟੀ ਸੀ ਉਹ ਨਿਭਾਈ ਔਰ ਉਸ ਤੋਂ ਬਾਅਦ ਲੰਬਾ ਸਮਾਂ ਉਹਨਾਂ ਨੇ ਇਹ ਨਗਰ ਦੇ ਵਿੱਚ ਸੇਵਾ ਕੀਤੀ ਬਲਾਕ ਸਮਿਤੀ ਦੇ ਮੈਂਬਰ ਬਣੇ ਅਤੇ ਇਸ ਅਸਥਾਨ ਜਿੱਥੇ ਆਪਾਂ ਬੈਠੇ ਹਾਂ ਬਹੁਤ ਵੱਡਾ ਅਸਥਾਨ ਹੈ ਇਲਾਕੇ ਦਾ ਬਹੁਤ ਦੂਰੋਂ ਦੂਰੋਂ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਹਨ ਇਸ ਅਸਥਾਨ ਦੇ ਮੁੱਖ ਸੇਵਾਦਾਰ ਦੀ ਸੇਵਾ ਵੀ ਉਹਨਾਂ ਨੇ ਨਿਭਾਈ ਸੋ ਕਹਿਣ ਤੋਂ ਭਾਵ ਹੈ ਕਿ ਨਿਰਮਲ ਸਿੰਘ ਅਤੇ ਉਹਨਾਂ ਦਾ ਜੋ ਪਰਿਵਾਰ ਹੈ ਇਹ ਇਲਾਕੇ ਦੇ ਵਿੱਚ ਚੰਗੇ ਪਰਿਵਾਰਾਂ ਦੇ ਵਿੱਚ ਸੁਭੜ ਸਿਆਣੇ ਪਰਿਵਾਰਾਂ ਦੇ ਵਿੱਚ ਇਹ ਪਰਿਵਾਰ ਜਾਣਿਆ ਜਾਂਦਾ ਹੈ ਸੋ ਸੱਜਣ ਪਿਛਲੇ ਕੁਝ ਦਿਨ ਪਹਿਲਾਂ ਇਸ ਸਾਰੀ ਸੰਸਾਰ ਨੂੰ ਅਲਵਿਦਾ ਕਹਿ ਕੇ ਇਸ ਸੰਸਾਰ ਤੋਂ ਰੁਖਸਤ ਹੋ ਗਏ ਅੱਜ ਪਰਿਵਾਰ ਵੱਲੋਂ ਸਵੇਰੇ ਆਪਣੇ ਗ੍ਰਹਿ ਵਿਖੇ ਉਹਨਾਂ ਦੇ ਨਿਮਿਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦੇ ਸ੍ਰੀ ਸਹਿਜ ਪਾਠ ਦੇ ਭੋਗ ਪਵਾਏ ਗਏ ਉਪਰੰਤ ਕੱਲ੍ਹ ਜੋ ਮੈਂ ਕੀਰਤਨ ਪੁਰਾਣਾ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਸਰੋਂ ਬੱਜੇ ਵਾਲੇ ਜਿਨ੍ਹਾਂ ਨੇ ਬਹੁਤ ਹੀ ਵੈਰਾਗ ਲਈ ਸ਼ਬਦ ਸਾਰੀਆਂ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ ਹੈ ਉਪਰੰਤ ਹੁਣ ਜਿਵੇਂ ਪਰਿਵਾਰ ਦਾ ਹੁਕਮ ਹੋਇਆ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਪਰ ਹੁਣ ਜੋ ਇੱਕ ਸਾਡੇ ਸਮਾਜ ਨੂੰ ਸੇਧ ਲੈਣੀ ਚਾਹੀਦੀ ਹੈ ਉਸਦੇ ਤਹਿਤ ਹੀ ਪਰਿਵਾਰ ਨੇ ਮੈਨੂੰ ਬੜੀ ਖੁਸ਼ੀ ਹੈ ਕਿ ਆਪਾਂ ਜੋ ਪ੍ਰੋਗਰਾਮ ਪਹਿਲਾਂ ਕਰਦੇ ਸੀ ਸਿਆਣੇ ਬਜ਼ੁਰਗਾਂ ਦੇ ਉਹਨਾਂ ਤੋਂ ਕੁਛ ਹਟ ਕੇ ਇਸ ਪਿੰਡ ਦੇ ਵਿੱਚ ਨਵੀਂ ਪਿਰਤ ਪਾਈ ਹੈ ਇਸ ਦੇ ਵਾਸਤੇ ਵੀ ਇਸ ਪਰਿਵਾਰ ਦਾ ਅਤੇ ਸਮੂਹ ਨਗਰ ਦਾ ਧੰਨਵਾਦ ਹੈ ਅਤੇ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਬੇਨਤੀ ਕਰਾਂਗਾ ਦੋ ਤਿੰਨ ਬੁਲਾਰੇ ਸਾਡੇ ਕੋਲ ਬਹੁਤ ਸਤਿਕਾਰਯੋਗ ਸੱਜਣ ਵੈਸੇ ਪਹੁੰਚੇ ਹਨ ਸੰਗਤਾਂ ਦੇ ਵਿੱਚ ਵਿਰਾਜਮਾਨ ਪਰ ਪਰਿਵਾਰ ਦੇ ਕਹਿਣ ਮੁਤਾਬਕ ਨਗਰ ਦੇ ਕਹਿਣ ਮੁਤਾਬਕ ਸਿਰਫ ਤਿੰਨ ਬੁਲਾਰੇ ਉਹ ਵੀ ਦੋ ਦੋ ਚਾਰ ਚਾਰ ਮਿੰਟ ਦੇ ਲਈ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਸੋ ਸਭ ਤੋਂ ਪਹਿਲਾਂ
मैं बेनती करांगा सरदार शमशेर सिंह जी राय साहब सबका MLA जो साढ़े हल्के तो रह चुके हैं सरदार निर्मल सिंह जी नाल इन्हों का बहुत ज़्यादा वाह वास्ता उस समय के हुण तक रहा है सो उन्होंने बेनती है कि वो संगत के दर्शन कर संखेप शब्दों के नाल सरदार निर्मल सिंह जी श्रद्धा तो पूर्ण भेंट करेंगे गुरु साहब सिंह जी वाहेगुरु जी का खालसा वाहेगुरु जी की फतेह बड़ा दुख होया साडा साथी समझक साह निर्मल सिंह एक बड़ी साध ही शख्सियत के मालिक सन सब तो पहला मेरा साथ जो मैं इलेक्शन लड़िया उन्नीस सौ 52 च उदो इस शख्स ना पाया भावें मिलते भी पहला भी सी इलाके के हो करके लेकिन असल रूप नेता साथ उदो पाया क्योंकि इंसान आप एक कटार सिंचाई के लंघ रहे हैं कि हर इंसान ने एक ना एक इस दुनिया को रुकसत रहनी है जो आप इस दुनिया में आए हैं तब साढ़े फर्क बनते ने इंसानियत के आने करके असी लोगों के काम आ सकिए यो एक इंसान का प्रमुख टीचा होना चाहिए इस ही साडा इंसान और हैवान के फर्क होता है फर्क को इंसानियत को सरदार निर्मल सिंह ने बाखूबी निभाया जो समा योजा सीजन आप लंघ के आए हाँ बहुत साथियों ने जिन्होंने साथ मेरा दिता उस वक्त चो लंघ के आए हैं अज समा बन चुका है बानवे बिच छियानवे बिच हालात बड़े नाजुक सी पंजाब दे असी इलेक्शन लड़िया साडे साथियों ने साथ दिता कई रिश्तेदार भी छड़ गए कई साथी भी छड़ गए सीगे माहौल इस किस्म का सीगा लेकिन सरदार निर्मल सिंह ने मेरा पूरा साथ इलेक्शन से मैं ना जगे फिर मैं छियानवे पार्लीमेंट की इलेक्शन लड़ी है हालात वो भी है लेकिन सरदार निर्मल सिंह ने मेरा कद साथ नहीं छा जब भी कोई काम ये मैं कहते इलाके तो बिना कदे वो काम नहीं किया एक काम कहा कि मेरा भरा मिलिट्री सी मिलिट्री च डैथ होगी फौज लड़ते हुए भी मैं ओरी याद चुकवाना चाहता मैं क्या सर निर्मल सिंह दसो कि चाहते हो सकता मैं थोड़ा कुछ कर सकता क्या तुम कम्यूनिटी सेंटर बना सकते हो उन्होंने नाम का कम्यूनिटी सेंटर सारू बनवा दो मैं कह अज कम्यूनिटी सेंटर जो है सरदार निर्मल सिंह जो शहीद हुए थे लड़ाई के बीच उन्होंने नाम दे योजे काम इलाके के जो भी सार निर्मल सिंह ने कहे है असी जो सेवादार के तौर पर निभा हुए अच्छे है असि तय दिलों किए हैं अज भी से आते हुए गल करते सन कि निर्मल सिंह ने अपने इलाके की बहुत सेवा की सरपंच कोई समिति मैंबर बनया सर निर्मल सिंह आ गुरद्वारा साहब जो बनया है
बहुत सब तो वध सेवा निर्मल सिंह जी की। सो इस इंसान समा होता है, वक्त आ जाता है, चले जाता है और इंसान ने चले जाना है, लेकिन जो पिछे हो जाता छाड़ जाता है वो सारे अंदर घर कर जाती है। चंगे कर्म असं कभी भुल नहीं सकते, वो चले गया लेकिन वो ज्यादा पिछे छड़ गया, चंगे काम छड़ गया। सो असी सारे इलाके के लोग आज जो भी अंतम अरदास कटे हुए अरदासा कर रहे हाँ, दियो सज्जन शीशिया जो हो साहब सुने है, परमात्मा उस वधिया शख्सियत नूं, लखण शख्सियत नूं, प्यारी शख्सियत नूं अपने चरणा आशीर्वाद बख्शो, पिछे सारे परिवार नूं भारा मंगा बल बख्शो। वाहिगुरु जी का खालसा, वाहिगुरु जी की फतह। राय साहब ने अपनी टर्म दे विच ਅਤੇ ਸਲਕੇ ਦੇ ਪਿੰਡਾਂ ਨੂੰ ਖੁੱਲ੍ਹੇ ਗੱਬੇ ਉਸ ਟਾਈਮ ਗ੍ਰਾਂਟਾਂ ਦੇ ਦਿੱਤੇ, ਡਿਵੈਲਪਮੈਂਟ ਦੇ ਕੰਮ ਕਰਵਾਏ। ਇਸ ਲਈ ਫਿਰ ਤੋਂ ਰਾਏ ਸਾਹਿਬ ਆਪ ਜੀ ਦਾ ਧੰਨਵਾਦ। ਅਤੇ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਜਮੇਰ ਸਿੰਘ ਜੀ ਖੇੜਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਦਾ ਵੀ ਬਹੁਤ ਸਨੇਹ ਸੀ ਸਰਦਾਰ ਨਿਰਮਲ ਸਿੰਘ ਦੇ ਨਾਲ, ਇਹਨਾਂ ਨੂੰ ਬੇਨਤੀ ਹੈ ਕਿ ਇਹ ਵੀ ਆਪਣੀ ਹਾਜ਼ਰੀ ਲਵਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਦਾ ਫਰਮਾਨ ਹੈ ਸੰਜੋਗ ਵਿਯੋਗ ਦੋਇ ਕਾਰ ਚਲਾਵੇ, ਦੇਖੇ ਅਰੇ ਭਾ ਮਿਲਣਾ ਅਤੇ ਵਿਛੜਨਾ, ਜਿਹੜਾ ਇਹ ਦੋ ਜਿਹੜੇ ਕੰਮ ਉਹ ਪਰਮਾਤਮਾ ਨੇ ਆਪਣੇ ਹੱਥ 'ਚ ਰੱਖੇ ਨੇ। ਜਿਹਨੇ ਜਿਹਨੇ ਲੇਖ ਕੋਈ ਜੀਵ ਵਿੱਚ ਲਿਖਾ ਕੇ ਆਉਂਦਾ ਉਹ ਭੋਗ ਕੇ ਸੰਸਾਰ ਤੋਂ ਚਲੇ ਜਾਂਦਾ, ਲੇਕਿਨ ਜਿਹੜਾ ਮਨੁੱਖਾ ਜੀਵਨ ਹੈ ਇਹਦੇ ਜੋ ਸੱਚੇ ਪਾਤਸ਼ਾਹ ਨੇ ਸੋਝੀ ਬਖਸ਼ੀ ਹੈ ਕਿ ਜਿਹੜਾ ਜੀਵਨ ਮਿਲਿਆ ਇਹ ਤੈਨੂੰ ਉਸ ਪਰਮਾਤਮਾ ਦੇ ਨਾਲ ਮਿਲਦਾ ਹੀ ਜੀਵਨ ਮਿਲਿਆ, ਉਸ ਪਰਮਾਤਮਾ ਨੇ ਜਿਹਨੂੰ ਤੁਸੀਂ ਸੰਸਾਰ 'ਚ ਭੇਜਿਆ ਉਹਦੇ ਨਾਲ ਜੁੜ ਕੇ ਉਹਦਾ ਨਾਮ ਜਪ ਕੇ ਆਪਣਾ ਜੀਵਨ ਜਿਹੜਾ ਸਫਲ ਕਰਨ ਬਾਰੇ ਆਪਾਂ ਨੂੰ ਕਿਹਾ ਗਿਆ। ਸਹਿਜ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਧਾਂਤ ਦਿੱਤਾ ਅਸੀਂ ਕਿਰਤ ਕਰਨਾ, ਨਾਮ ਜਪਣਾ ਅਤੇ ਬਣ ਸਕਣਾ, ਇਹ ਸਿੱਖੀ ਦਾ ਸਿਧਾਂਤ ਹੈ। ਸੋ ਮੈਂ ਸਮਝਦਾ ਸਰਦਾਰ ਨਿਰਮਲ ਸਿੰਘ ਜੀ ਜਿਹੜੇ ਕਿ ਸਾਡੇ ਵੱਡੇ ਭਰਾ ਸੀ ਉਹਨਾਂ ਆਪਣੇ ਜੀਵਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਧਾਰਨ ਕੀਤੀਆਂ ਹੋਈਆਂ ਸੀ, ਕਿਰਤ ਕਰਕੇ ਆਪਣੇ ਪਰਿਵਾਰ ਨੂੰ ਪਾਲਿਆ, ਨਾਮ ਜੜ ਕੇ ਉਸ ਪਰਮਾਤਮਾ ਦੇ ਨਾਲ ਜੁੜਿਆ, ਗੁਰੂ ਘਰ ਦੀ ਸੇਵਾ ਕੀਤੀ, ਪਰ ਜਿਹੜੀ ਉਹਨੂੰ ਸੋਝੀ ਬਖਸ਼ੀ ਹੋਈ ਕਿ ਪਰਮਾਤਮਾ ਨੇ ਉਹ ਸਮਾਜ ਦੀ ਸੇਵਾ ਕਰਕੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਉਹ ਕਰ ਗਏ ਜਿਹੜੀਆਂ ਰਾਏ ਸਾਹਿਬ ਨੇ ਦੱਸੀਆਂ ਨੇ। ਸੋ ਇਹ ਜਿਹੜਾ ਜੀਵਨ ਹੈ ਇੱਕ ਸਮਾਜਿਕ ਪ੍ਰਾਣੀ ਹੈ, ਆਪਾਂ ਸਮਾਜ ਦੇ ਵਿੱਚ ਆਪਾਂ ਨੂੰ ਇਹਨਾਂ ਚੀਜ਼ਾਂ 'ਤੇ ਧਾਰਨ ਹੋਣਾ ਚਾਹੀਦਾ, ਕਿਰਤ ਵੀ ਕਰੋ ਨਾਮ ਵੀ ਜਪੋ, ਅਤੇ ਜੋ ਆਪਾਂ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਚਾਹੇ ਮਾਇਆ ਨਾਲ ਜੋੜ ਦਿੱਤੀਆਂ ਗਈਆਂ ਗੱਲਾਂ, ਲੇਕਿਨ ਮਾਇਆ ਤੋਂ ਵੀ ਉੱਪਰ ਜਿਹੜੀ ਸਮਾਜ ਦੀ ਸੇਵਾ ਉਹ ਬਹੁਤ ਵਡਭਾਗੀ ਹੈ। ਸੋ ਸਰਦਾਰ ਨਿਰਮਲ ਸਿੰਘ ਜੀ ਦਾ ਪਰਿਵਾਰ ਆਪਾਂ ਸਾਰੇ ਜਾਣਦੇ ਹਾਂ, ਸਮਾਜ ਪ੍ਰਤੀ ਨਿਰਮਲ ਸਿੰਘ ਨੇ ਆਪਣਾ ਸਾਰਾ ਜੀਵਨ ਅਰਪਣ ਕੀਤਾ। ਥੋੜ੍ਹੇ ਸਮੇਂ ਤੋਂ ਦਾਸ ਜੀ ਉਹਨਾਂ ਦੇ ਨਾਲ ਕਾਫ਼ੀ ਨੇੜਤਾ ਹੋ ਗਈ ਸੀ, ਮੈਂ ਤਾਂ ਉਹਨੂੰ ਵੱਡਾ ਭਰਾ ਸਮਝਦਾ ਸੀ ਆਪਣਾ, ਜਦੋਂ ਵੀ ਉਹਨਾਂ ਨੂੰ ਮਿਲਣਾ ਉਹਨਾਂ ਨੇ ਜਿਹੜੀ ਗੱਲ ਕਰਨੀ ਤਾਂ ਅਲੱਗ ਦੀ ਗੱਲ, ਆਪਣੀ ਪਰਸਨਲ ਗੱਲ ਨਹੀਂ ਸੀ ਕਰਦੇ, ਜੇ ਕੋਈ ਗੱਲ ਕਰਨੀ ਡਾਕਟਰ ਦਲਜੀਤ ਸਿੰਘ ਜੀ ਚੀਮਾ ਜਦੋਂ ਮੰਤਰੀ ਸੀਗੇ ਉਦੋਂ ਵੀ ਉਹਨਾਂ ਨੇ ਜਿਹੜੀ ਵੀ ਕੋਈ ਗੱਲ ਕਰਨੀ ਸਦਾਕੇ ਦੀ ਕਰਨੀ, ਆਪਣੇ ਲੰਗਰ ਦੀ ਕਰਨੀ, ਆਪਣੇ ਪਰਸਨਲ ਪਰਿਵਾਰ ਦੀ ਨਹੀਂ ਕਰਨੀ। ਸੋ ਸਮਾਜ ਪ੍ਰਤੀ ਇੰਨੇ ਸੁਚੇਤ ਸੀ। ਸੋ ਭਾਈ ਸਾਹਿਬ ਅਮਰੀਕ ਸਿੰਘ ਜੀ ਉਹ ਆਪਾਂ ਨੂੰ ਸੁਚੇਤ ਕਰਕੇ ਗਏ ਹਾਂ, ਅੱਜ ਦਾ ਜਿਹੜਾ ਮਾਹੌਲ ਹੈ, ਅੱਜ ਜਿਹੜਾ ਆਪਣਾ ਵਾਤਾਵਰਨ ਹੈ ਉਹਦੀ ਗੱਲ ਕਰਕੇ ਗਏ ਹਾਂ। ਦੱਸ ਵੀ ਬੇਨਤੀ ਕਰਨਾ ਕਿ ਆਪਾਂ ਨੂੰ ਅੱਜ ਆਪਣੇ ਸਮਾਜ ਦੇ ਵਿੱਚ ਇਹਨਾਂ ਗੱਲਾਂ ਵੱਲ ਵਿਚਾਰ ਕਰਨ ਦੀ ਲੋੜ ਹੈ। ਇੱਕ ਤਾਂ ਜਿਹੜਾ ਵਾਤਾਵਰਨ ਦੂਸ਼ਿਤ ਹੋ ਰਿਹਾ ਉਹਦੇ 'ਚ ਬਹੁਤ ਵੱਡਾ ਰੋਲ ਆਪਾਂ ਸਾਰਿਆਂ ਦਾ ਹੀ ਹੈ, ਚਾਹੇ ਫੈਕਟਰੀਆਂ ਵਾਲੇ ਹੋਣ ਚਾਹੇ ਹੋਰ ਵੀ ਲੋਕ ਹੋਣ, ਉਹਦੇ ਵਿੱਚ ਆਪਾਂ ਨੂੰ ਸੁਚੇਤ ਹੋਣਾ ਪਊਗਾ ਕਿ ਆਪਾਂ ਜਿਹੜਾ ਲਾਗ ਪਾਸ ਆਪਣਾ ਜਿਹੜਾ ਉਹਨੂੰ ਆਪਾਂ ਸਾਫ਼ ਸੁਥਰਾ ਰੱਖੀਏ। ਜੇ ਆਪਾਂ ਜ਼ਿਮੀਂਦਾਰ ਭਰਾ ਹੈ ਸਪਰੇਹਾਂ ਵਗੈਰਾ ਕਰਦੇ ਹਾਂ ਉਹ ਵੀ ਜਿਹੜੀ ਕੋਈ ਰਿਕਮੈਂਡੇਸ਼ਨ ਹੈ ਉਹ ਕਰੀਏ, ਐਵੇਂ ਦੁਕਾਨਾਂ ਦੇ ਕਹਿਣ ਜਮ੍ਹਾਂ ਕਰੀਏ। ਇੱਕ ਸਭ ਤੋਂ ਵੱਡਾ ਜਿਹੜਾ ਹੁਣ ਖਿਲਾਫ਼ ਨੇ ਪੰਜਾਬ ਦੇ 'ਚ ਆਇਆ, ਹਿੰਦੁਸਤਾਨ 'ਚ ਨਹੀਂ ਵਰਲਡ ਵਿੱਚ ਆਇਆ,
ਜਿਹੜੀ ਨਸ਼ਿਆਂ ਦੀ ਗੱਲ ਚੱਲ ਰਹੀ ਹੈ ਬਹੁਤ ਹੀ ਦੁਖਦਾਈ ਹੈ। ਸਿੱਖੀ ਦੇ ਵਿੱਚ ਤਾਂ ਸਾਰਾ ਹੀ ਨਸ਼ਾ ਬਣ ਦਿੱਤਾ, ਲੇਕਿਨ ਆ ਜਿਹੜਾ ਸਿੰਥੈਟਿਕ ਨਸ਼ਾ ਹੋਣ ਸ਼ੁਰੂ ਹੋਇਆ, ਕਿਵੇਂ ਪੰਜਾਬ ਦੇ ਵਿੱਚ ਮੌਤਾਂ ਹੋ ਰਹੀਆਂ, ਆਪਾਂ ਸਾਰੇ ਅਖਬਾਰ ਵੀ ਪੜ੍ਹਦੇ ਹਾਂ, ਟੀਵੀ ਵੀ ਦੇਖਦੇ ਹਾਂ, ਇਹਦੇ ਪ੍ਰਤੀ ਆਪਾਂ ਨੂੰ ਸੁਚੇਤ ਹੋਣਾ ਪਊਗਾ। ਆਪਾਂ ਸਰਕਾਰਾਂ ਨੂੰ ਕਹੀ ਜਾਂਦੇ ਹਾਂ, ਦੂਜਿਆਂ ਨੂੰ ਕਹੀ ਜਾਂਦੇ, ਲੇਕਿਨ ਜਦੋਂ ਆਪਾਂ ਆਪਣੇ ਵੱਲ ਝਾਤੀ ਮਾਰਦੇ ਹਾਂ ਫਿਰ ਆਪਾਂ ਨੂੰ ਪਤਾ ਲੱਗ ਸਕਦਾ ਕਿ ਆਪਾਂ ਕਿੱਥੇ ਖੜੇ ਹਾਂ। ਨਸ਼ਾ ਕੋਈ ਪੰਜਾਬ 'ਚ ਨਹੀਂ ਪੈਦਾ ਹੁੰਦਾ, ਨਸ਼ਾ ਕਿਸੇ ਦੇ ਘਰ ਨਹੀਂ ਪੈਦਾ ਹੁੰਦਾ, ਨਸ਼ਾ ਬਾਹਰੋਂ ਆਉਂਦਾ, ਲੇਕਿਨ ਉਹ ਖਰੀਦਦੇ ਕੌਣ ਹੈ? ਆਪਾਂ ਆਪਣੇ ਬੱਚੇ ਜਾਂ ਆਪਾਂ ਆਪਣੇ ਲੋਕ ਖਰੀਦਦੇ ਹਾਂ। ਸੋ ਆਪਣੇ ਆਪਣੇ ਪਰਿਵਾਰਾਂ 'ਚ ਬੈਠ ਕੇ ਇਹ ਗੱਲ ਵਿਚਾਰ ਦੀ ਲੋੜ ਹੈ ਕਿ ਇਹ ਜਿਹੜਾ ਕੋਹੜ ਹੈ ਇਹ ਆਪਣੇ 'ਚ ਬੜਿਆ ਕਿਵੇਂ, ਉਹਦੇ ਪਿੱਛੇ ਜੇ ਆਪਾਂ ਤੱਤ ਲੱਭਾਂਗੇ ਤਾਂ ਉਹਦੇ ਪਿੱਛੇ ਬਹੁਤ ਬੜੀ ਗੱਲ ਹੈ। ਜਿਵੇਂ ਪੁਰਾਣੇ ਸਮੇਂ 'ਚ ਆਪਣੇ ਪਰਿਵਾਰ ਹੁੰਦੇ ਸੀ, ਉਹ ਇਕੱਠੇ ਬੈਠਦੇ ਸੀ, ਜੇ ਖਾਣਾ ਵਗੈਰਾ ਵੀ ਖਾਣਾ ਸਾਰਿਆਂ ਨੇ ਇਕੱਠੇ ਬੈਠ ਕੇ ਖਾਣਾ, ਸਾਰੇ ਪਰਿਵਾਰ ਦੇ ਮੈਂਬਰ ਚਾਹੇ ਬੱਚੇ ਸੀ ਚਾਹੇ ਬਜ਼ੁਰਗ ਸੀ, ਉਹ ਸਾਰੇ ਇਕੱਠੇ ਬੈਠਦੇ ਸੀ। ਅੱਜ ਸਾਡੇ ਪਰਿਵਾਰਾਂ 'ਚ ਕੀ ਹੋ ਰਿਹਾ? ਸਾਡੇ ਪਰਿਵਾਰ ਜਿੰਨੇ ਕਮਰੇ ਹੈ ਉਹਨਾਂ ਕਮਰਿਆਂ 'ਚ ਟੈਲੀਵਿਜ਼ਨ ਲੱਗਿਆ ਸੀਗੀਆਂ ਲੱਗੀਆਂ ਹੋਈਆਂ, ਬੱਚਾ ਉਹਦਾ ਆਪਣੇ ਕਮਰੇ 'ਚ ਵੜ ਜਾਂਦਾ ਹੈ, ਮਾਤਾ ਜਿਹੜੀ ਰੋਟੀ ਪਾਣੀ ਪਕਾ ਕੇ ਉਹ ਆਪਣੇ ਕਮਰੇ 'ਚ ਵੜ ਜਾਂਦੀ ਹੈ, ਜਿਹੜਾ ਬਜ਼ੁਰਗ ਹੈ ਵਿਚਾਰਾ ਉਹ ਬਾਹਰ ਕੰਮ ਕਰੀ ਜਾਂਦਾ, ਸਾਡੇ ਵੇਲੇ ਆ ਕੇ ਉਹ ਵੀ ਆਪਣੇ ਟੈਲੀਵਿਜ਼ਨ ਕੋਲ ਬਹਿ ਜਾਂਦਾ। ਲੇਕਿਨ ਜਿਹੜੀ ਪਰਿਵਾਰ ਵਿੱਚ ਬੈਠ ਕੇ ਵਿਚਾਰ ਕਰਨ ਵਾਲੀ ਗੱਲ, ਉਹਦੇ ਵਾਸਤੇ ਆਪਣੇ ਕੋਲ ਟਾਈਮ ਨਹੀਂ ਹੈ। ਜਦੋਂ ਆਪਣੇ ਪਰਿਵਾਰਾਂ 'ਚ ਖਿਲਾਫ ਪੈਦਾ ਹੋ ਗਿਆ, ਇੱਕ ਹੋਰ ਬਹੁਤ ਵੱਡੀ ਗੱਲ ਹੈ, ਆਪਣੇ ਪਰਿਵਾਰਾਂ ਦੇ ਵਿੱਚ ਇਤਫਾਕ ਨਹੀਂ ਰਹੇ। ਮੈਂ ਇੱਕ ਜਿਹੜੀ ਅਜੀਤ ਅਖਬਾਰ 'ਚ ਬੈਠਾ ਮਿਨੀ ਕਹਾਣੀਆਂ ਪੜ੍ਹ ਰਿਹਾ ਸੀ, ਇੱਕ ਛੋਟੀ ਜਿਹੀ ਕਹਾਣੀ ਸੀ ਮਿਨੀ, ਉਹਦੇ 'ਚ ਲਿਖਿਆ ਸੀ ਕਿ ਧਰਤੀ ਦਾ ਸਵਰਗ ਅਤੇ ਨਰਕ ਕੀ ਹੈ। ਉਹ ਕਹਿੰਦਾ ਜਿਹੜੇ ਪਰਿਵਾਰਾਂ ਦੇ ਵਿੱਚ ਸੱਸ ਨੂੰਹ ਦੀ ਲੜਾਈ ਹੈ, ਜਿਹੜੇ ਪਰਿਵਾਰਾਂ 'ਚ ਜਸਾਣੀ ਅਤੇ ਦਰਾਣੀ ਦੀ ਲੜਾਈ ਹੈ, ਨਰਦ ਭਰਜਾਈ ਦੀ ਲੜਾਈ ਹੈ, ਜਿਹੜੇ ਪਰਿਵਾਰਾਂ 'ਚ ਪਿਓ ਪੁੱਤ ਦੀ ਲੜਾਈ ਹੈ, ਭਾਈ ਭਾਈ ਦੀ ਲੜਾਈ ਹੈ, ਜਿਹੜੇ ਪਰਿਵਾਰਾਂ ਦੇ 'ਚ ਨਸ਼ਾ ਹੈ, ਉਹ ਧਰਤੀ ਦਾ ਨਰਕ ਹੈ। ਸਭ ਤੋਂ ਵੱਡਾ ਜਿਹੜਾ ਨਰਕ ਹੈ ਉਹ ਪਰਿਵਾਰ ਹੈ, ਜਿਹਦੇ ਵਿੱਚ ਇਹ ਸਾਰੀਆਂ ਗੱਲਾਂ ਨੇ। ਇਹ ਤਾਂ ਉਹ ਜਿਹੜੇ ਪਰਿਵਾਰਾਂ 'ਚ ਇਤਫਾਕ ਹੈ, ਜਿਹੜੇ ਪਰਿਵਾਰ ਦੇ ਵਿੱਚ ਸੱਸ ਨੂੰਹ ਧੀ ਅਤੇ ਮਾਂ ਦੇ ਰੂਪ ਵਿੱਚ ਰਹਿੰਦੀ ਹੈ, ਜਠਾਣੀ ਦਰਾਣੀ ਭੈਣਾਂ ਬਣ ਕੇ ਰਹਿੰਦੇ ਨੇ, ਨੰਦ ਭਰਜਾਈ ਭੈਣਾਂ ਬਣ ਕੇ ਰਹਿੰਦੇ ਨੇ, ਬਾਪ ਪੁੱਤ ਅਤੇ ਭਾਈ ਭਾਈ ਦੋਸਤ ਬਣ ਕੇ ਰਹਿੰਦੇ ਨੇ। ਜਿਹੜੇ ਪਰਿਵਾਰਾਂ 'ਚ ਨਸ਼ਾ ਨਹੀਂ ਹੈਗਾ, ਉਹ ਪਰਿਵਾਰ ਇਸ ਧਰਤੀ ਦਾ ਸਵਰਗ ਹੈ। ਸੋ ਆਪਾਂ ਸਾਰੇ ਬੈਠੇ ਆਪਣੇ ਆਪਣੇ ਮਨਾਂ 'ਚ ਝਾਤੀ ਮਾਰੀਏ ਕਿ ਕਿਆ ਆਪਾਂ ਇਹਨਾਂ ਗੱਲਾਂ ਦਾ ਸੁਚੇਤ ਹੈ। ਜੇ ਅੱਜ ਕੋਰਟ ਕਚਹਿਰੀਆਂ 'ਚ ਲੜਾਈਆਂ ਝਗੜੇ ਹੋ ਕੇ ਮੁਕੱਦਮੇ ਚੱਲਦੇ, ਉਹ ਕਿਤੇ ਚੱਲਦੇ? ਆਪਣੇ ਚੱਲਦੇ, ਕੱਲ੍ਹ ਕੁਛ ਵੀ ਨਹੀਂ ਹੁੰਦੀ। ਜੇ ਪਰਿਵਾਰ 'ਚ ਬੈਠ ਕੇ ਸੁਲਝਾ ਲਈਏ ਤਾਂ ਸੁਲਝ ਸਕਦੀ ਹੈ, ਜੇ ਐਵੇਂ ਬਿਨਾਂ ਮਤਲਬ ਦੇ ਪਤੰਗੜ ਬਣਾ ਕੇ ਆਪਾਂ ਆਪਣਾ ਸ਼ੋਸ਼ਣ ਕਰਾ ਰਹੇ ਹਾਂ। ਸੋ ਇੱਕ ਤਾਂ ਨਸ਼ੇ ਪ੍ਰਤੀ ਆਪਾਂ ਨੂੰ ਪਿੰਡਾਂ ਪੱਧਰ 'ਤੇ ਪਹਿਰਾ ਦੇਣਾ ਪਊਗਾ, ਸਭ ਤੋਂ ਪਹਿਲਾਂ ਆਪਣੇ ਪਰਿਵਾਰਾਂ ਨੂੰ ਆਪਣੇ ਪਰਿਵਾਰਾਂ 'ਚ ਬੈਠ ਕੇ ਪਹਿਰਾ ਦੇਣਾ ਪਊਗਾ। ਮਾਤਾਵਾਂ ਭੈਣਾਂ ਬੈਠੀਆਂ ਬੱਚੀਆਂ ਬੈਠੀਆਂ, ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਸਿੱਖ ਧਰਮ ਦੇ ਵਿੱਚ ਔਰਤ ਦਾ ਬਹੁਤ ਵੱਡਾ ਰੋਲ ਹੈ। ਜੇ ਛੋਟੇ ਛੋਟੇ ਬੱਚੇ ਸ਼ਹੀਦ ਹੋਏ ਤਾਂ ਮਾਤਾ ਗੁਜਰ ਕੌਰ ਦੀ ਸਿੱਖਿਆ ਦੇ ਨਾਲ ਹੋਏ। ਜੇ ਬੇਦਾਵਾ ਦੇ ਕੇ ਸਾਡੇ ਸਿੰਘ ਗੁਰੂ ਸਾਹਿਬ ਨੂੰ ਚਲੇ ਗਏ ਸੀ, ਉਹਨੂੰ ਜੋੜਨ ਵਾਲੀ ਮਾਤਾ ਭਾਗੋ ਸੀ। ਅੱਜ ਜਿਹੜਾ ਕੁਛ ਵਾਪਰ ਹੈ ਬਦਾਵਾ ਦੇਣ ਵਾਲੀ ਗੱਲ ਹੈ, ਆਪਣੇ ਗੁਰੂ ਤੋਂ ਆਪਣੇ ਧਰਮ ਤੋਂ। ਤੁਸੀਂ ਸੁਚੇਤ ਹੋ ਗਈਆਂ, ਜਿਹੜੇ ਘਰ ਦੀ ਔਰਤ ਸੁਚੇਤ ਹੋ ਗਈ, ਜਿਹੜੇ ਘਰ ਦੀ ਔਰਤ ਸਿਆਣੀ ਹੈ, ਉਹ ਪਰਿਵਾਰ ਕਿਸੇ ਵੀ ਤਰੀਕੇ ਨਾਲ ਭੜਕ ਨਹੀਂ ਸਕਦਾ। ਤੁਹਾਨੂੰ ਥੋੜ੍ਹਾ ਜਿਹਾ ਜਾਗਰੂਕ ਹੋਣਾ ਪਊਗਾ। ਸਭ ਤੋਂ ਪਹਿਲਾਂ ਜੇ ਬੱਚਾ ਖਰਾਬ ਹੁੰਦਾ ਜਾਂ ਬੱਚੀ ਕਿਸੇ ਗਲਤ ਪਾਸੇ ਜਾਂਦੀ ਹੈ, ਉਹ ਸਭ ਤੋਂ ਪਹਿਲਾਂ ਮਾਂ ਨੂੰ ਪਤਾ ਚੱਲਦਾ। ਮਾਂ ਮੋਹ ਵਿੱਚ ਆ ਕੇ ਮੋਹ ਵਿਚਾਰ ਤੋਂ ਗੱਲ ਦੱਬ ਦਿੰਦੀ ਹੈ, ਜਦੋਂ ਪਰਿਵਾਰ ਤੱਕ ਜਾਂ ਸਮਾਜ ਤੱਕ ਪਹੁੰਚਦੀ ਉਹ ਬਹੁਤ ਵੱਡੀ ਗੱਲ ਅੱਗੇ ਪਹੁੰਚ ਜਾਂਦੀ ਹੈ। ਫਿਰ ਜਿਹੜੀ ਗੱਲ ਹੈ ਉੱਥੋਂ ਫਿਰ ਬੱਚੇ ਨੂੰ ਜਾਂ ਬੱਚੀ ਨੂੰ ਮੋੜਨਾ ਬੜਾ ਔਖਾ ਹੋ ਜਾਂਦਾ। ਜਿਵੇਂ ਇੱਕ ਮਾਲੀ ਛੁਪੇ ਦਰੱਖਤ ਨੂੰ ਜਿਵੇਂ ਮਰਜ਼ੀ ਢਾਲ ਲਵੇ, ਵੱਡੇ ਨੂੰ ਤਾਂ ਫਿਰ ਵੱਢਿਆ ਹੀ ਜਾ ਸਕਦਾ, ਤੋੜਿਆ ਜਾ ਸਕਦਾ। ਇੱਥੇ ਜਿਹੜੇ ਬੱਚੇ ਜਦੋਂ ਵੱਡੇ ਹੋ ਗਏ ਫਿਰ ਉਹਨੂੰ ਸਾਂਭਣਾ ਬੜਾ ਔਖਾ ਹੋ ਜਾਂਦਾ। ਸੋ ਆਪਾਂ ਛੋਟੇ ਬੱਚਿਆਂ ਤੋਂ ਲੈ ਕੇ ਆਪਾਂ ਆਪਣੇ ਗੁਰੂ ਘਰ ਨਾਲ ਜੁੜੀਏ, ਬਾਣੀ ਦੇ ਧਾਰਨੀ ਹੋਈਏ, ਫਿਰ ਜਿਹੜਾ ਆਪਣਾ ਸਮਾਜ ਇਹਦੇ 'ਚ ਆਪਾਂ ਸੁਧਾਰ ਕਰ ਸਕਦੇ ਹਾਂ। ਮੈਂ ਬਜ਼ੁਰਗਾਂ ਨੂੰ ਵੀ ਬੇਨਤੀ ਕਰਦਾ, ਕਦੇ ਬੀਬੀਆਂ ਪੰਨਾ ਛੱਡ ਦਿਓ, ਪਹਿਲਾਂ ਆਪਾਂ ਵੀ ਸੁਚੇਤ ਹੋ। ਜਦੋਂ ਬਜ਼ੁਰਗ ਕੋਈ ਗਲਤ ਕੰਮ ਕਰਦੇ, ਨਸ਼ਾ ਵਗੈਰਾ ਕਰਦੇ ਆ, ਤਾਂ ਬੱਚੇ ਫਿਰ ਉਹਨੂੰ ਦੇਖ ਕੇ ਆਪਣੇ ਆਪ ਲੱਗ ਜਾਂਦੇ ਨੇ। ਸੋ ਆਪਾਂ ਵੀ ਸੁਚੇਤ ਹੋਈਏ, ਆਪਾਂ ਆਪਣੇ ਗੁਰੂ ਘਰ ਨਾਲ ਜੁੜੀਏ, ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀਏ,
ਬਾਣੇ ਬਣਦੇ ਧਾਰਨੀ ਹੋਈਏ, ਫਿਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਫਿਰ ਉਹਨਾਂ ਪਰਿਵਾਰਾਂ ਵੱਲ ਝਾਤੀ ਮਾਰ ਲਿਓ ਆਪਣੇ ਆਦ ਵਾਲੇ ਪਿੰਡਾਂ 'ਚ। ਜਿਹੜੇ ਪਰਿਵਾਰ ਸਿੱਖੀ ਦੇ ਵਿੱਚ ਜੁੜੇ ਹੋਏ ਨੇ, ਗੁਰੂ ਸਾਹਿਬ ਨਾਲ ਜੁੜੇ ਹੋਏ ਨੇ, ਉਹਨਾਂ ਪਰਿਵਾਰਾਂ ਦੇ ਵਿੱਚ ਮਾਤਾ ਜੀ ਨੇ ਖੁਸ਼ਹਾਲੀ ਹੋ ਗਈ, ਉਹ ਪਰਿਵਾਰ ਭੜਕਦੇ ਨਹੀਂ। ਸਵਾਲ ਆਪਾਂ ਸੁਚੇਤ ਹੋ ਕੇ ਆਪਣੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ, ਆਪਣੇ ਪਰਿਵਾਰਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਿਭਾਈਏ। ਸਰਦਾਰ ਨਿਰਮਲ ਸਿੰਘ ਜੀ ਜਿਵੇਂ ਮੇਰੇ ਤੋਂ ਪਹਿਲੇ ਪੁਰਾਣੇ ਨੇ ਕਿਹਾ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜੋ ਸਹਿਜ ਗੁਰੂ ਨਾਨਕ ਦੇਵ ਜੀ ਨੇ ਆਪਾਂ ਸਿੱਖਿਆ ਦਿੱਤੀ, ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣਾ, ਉਹ 'ਤੇ ਪੂਰਾ ਪਹਿਰਾ ਦਿੱਤਾ। ਡਾਕਟਰ ਦਲਜੀਤ ਸਿੰਘ ਚੀਮਾ ਜੀ ਪਰਸੋਂ ਆ ਕੇ ਗਏ ਸੀ, ਉਹਨਾਂ ਨੇ ਵੀ ਅੱਜ ਆਉਣਾ ਸੀ। ਲੇਕਿਨ ਸ਼ਿਲੌਂਗ ਦੇ ਵਿੱਚ ਜਿਹੜਾ ਸ਼ਿਲੌਂਗ ਹੈ, ਉੱਥੇ ਸਿੱਖ ਜਿਹੜੇ ਆਪਣੇ ਬੈਠੇ, ਉਹਨਾਂ ਨਾਲ ਬਹੁਤ ਵੱਡੀ ਘਟਨਾ ਵਾਪਰ ਰਹੀ ਹੈ। ਪਾਰਟੀ ਵੱਲੋਂ ਉਹਨਾਂ ਦੀ ਡਿਊਟੀ ਲੱਗੀ, ਉੱਥੇ ਗਏ ਨੇ, ਮੁੱਖ ਮੰਤਰੀ ਨਾਲ ਮੀਟਿੰਗ ਕਰਨੀ ਸੀ। ਮੈਂ ਉਹਨਾਂ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਟ ਕਰਦਾ, ਆਪਣੇ ਵੱਲੋਂ ਵੀ ਕਰਦਾ, ਨਾਲ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਹਰ ਟਾਈਮ ਤੁਹਾਡੇ ਨਾਲ ਖੜ੍ਹੇ ਹਾਂ। ਕਿਸੇ ਵੀ ਟਾਈਮ ਸਾਡੇ ਪ੍ਰਤੀ ਕੋਈ ਸੇਵਾ ਹੋਵੇ, ਸਾਨੂੰ ਖੁੱਲ੍ਹ ਕੇ ਦੱਸ ਦੇਣਾ, ਅਸੀਂ ਦਿਨ ਰਾਤ ਤੁਹਾਡੇ ਨਾਲ ਖੜ੍ਹੇ ਹਾਂ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਉਦਾਸ ਕਰਨਾ ਸੱਚੇ ਪਾਤਸ਼ਾਹ ਕਿਰਪਾ ਕਰੀ ਸਾਡੇ ਪਰਿਵਾਰਾਂ ਨੂੰ ਆਪਣੀ ਬਾਣੀ ਬਣ ਕੇ ਧਾਰਨੀ ਕਰ ਲਈ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਅਮਰਨਾਥ ਜੀ ਦੇ ਸਥਾਨ 'ਤੇ ਬਿਰਾਜਮਾਨ ਸਾਹਿਬ ਕਮਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਰਦਾਰ ਨਿਰਮਲ ਸਿੰਘ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਏ। ਸਾਰਿਆਂ ਨੇ ਉਹਨਾਂ ਦੇ ਨਿਮਿਤ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ, ਕਿਉਂ ਜੋ ਪਿਛਲੇ ਕੁਝ ਦਿਨ ਉਸ ਸਮੇਂ ਤੋਂ ਬਿਮਾਰ ਰਹਿਣ ਦੇ ਉਪਰੰਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ। ਮੈਥੋਂ ਪਹਿਲਾਂ ਰਾਏ ਸਾਹਿਬ ਨੇ, ਖੇੜਾ ਸਾਹਿਬ ਨੇ ਬੜੇ ਵਿਸਥਾਰ ਦੇ ਨਾਲ ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀ ਸ਼ਖਸੀਅਤ ਬਾਰੇ ਦੱਸਿਆ। ਮੈਂ ਜਿੰਨਾ ਕੁ ਉਹਨਾਂ ਦੇ ਨਾਲ ਮੇਰਾ ਤਾਲਮੇਲ ਸੀ, ਮੈਂ ਸਮਝਦਾ ਮੈਂ ਵੀ ਉਹਨਾਂ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਸੀ। ਜਿੰਨੀ ਸਿੰਪਲ ਲਿਵਿੰਗ ਸੀ ਉਹਨਾਂ ਦੀ, ਆਮ ਵਿਅਕਤੀ ਦੀ ਤਰ੍ਹਾਂ ਜਿਉਣਾ, ਇਸ ਵੱਡੇ ਨਗਰ ਦੇ ਸਰਪੰਚ ਬਣਨਾ, ਇਸ ਗੁਰਦੁਆਰਾ ਸਾਹਿਬਾਨ ਬਹੁਤ ਹੀ ਪਵਿੱਤਰ ਅਸਥਾਨ ਦੇ ਪ੍ਰਧਾਨ ਬਣਨਾ, ਮੀਤ ਪ੍ਰਧਾਨ ਬਣਨਾ, ਬਲਾਕ ਸੰਮਤੀ ਮੈਂਬਰ ਬਣਨਾ, ਪਰ ਜਦੋਂ ਵੀ ਉਹ ਵਿਚਰਦੇ ਸਨ ਸਮਾਜ ਦੇ ਵਿੱਚ ਬਹੁਤ ਹੀ ਨਿਮਰਤਾ ਦੇ ਸਹਿਤ ਵਿਚਰਦੇ ਸੀ, ਬੜਾ ਹਮੇਸ਼ਾ ਖੁਸ਼ ਰਹਿੰਦੇ ਸੀ, ਸਤਿਕਾਰ ਦਿੰਦੇ ਸੀ, ਸਤਿਕਾਰ ਲੈਂਦੇ ਸੀ। ਕਿਉਂ ਜੋ ਮੇਰਾ ਵਾਹ ਜਦੋਂ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜੀ ਤਾਂ ਪਾਰਟੀ ਵੱਲੋਂ, ਚੀਮਾ ਸਾਹਿਬ ਵੱਲੋਂ ਇਹਨਾਂ ਦੇ ਘਰੇ ਪ੍ਰੋਗਰਾਮ ਕੀਤਾ ਗਿਆ ਪਾਰਟੀ ਦਾ, ਅਤੇ ਇਹਨਾਂ ਨੇ ਉਸ ਇਲੈਕਸ਼ਨ 'ਚ ਜਿੱਥੇ ਬੜਾ ਸਹਿਯੋਗ ਦਿੱਤਾ ਹੈ, ਉੱਥੇ ਜਦੋਂ ਨਗਰ ਦੀ ਡਿਵੈਲਪਮੈਂਟ ਦੀ ਗੱਲ ਆਈ ਹੈ, ਕਦੇ ਵੀ ਜਾਂ ਇਲਾਕੇ ਦੀ ਡਿਵੈਲਪਮੈਂਟ ਦੀ ਗੱਲ ਆਈ ਹੈ, ਗ੍ਰਾਂਟਾਂ ਦੀ, ਕਿਸੇ ਮੁੱਦੇ ਦੀ, ਤਾਂ ਹਮੇਸ਼ਾ ਬੜੇ ਜ਼ੋਰਦਾਰ ਢੰਗ ਦੇ ਨਾਲ ਉਹ ਗੱਲ ਲੀਡਰਸ਼ਿਪ ਕੋਲ ਉਠਾਈ ਹੈ। ਗ੍ਰਾਂਟਾਂ ਦੀ ਗੱਲ ਹੈ ਜੇ ਚੀਮਾ ਸਾਹਿਬ ਨੂੰ ਵਾਰ ਵਾਰ ਬੇਨਤੀ ਕਰਕੇ, ਭਾਵੇਂ ਨਗਰ ਦੇ ਲਈ ਗ੍ਰਾਂਟਾਂ, ਭਾਵੇਂ ਇਲਾਕੇ ਦੇ ਲਈ ਗ੍ਰਾਂਟਾਂ, ਹੋਰ ਨਗਰਾਂ ਦੇ ਲਈ ਹਮੇਸ਼ਾ ਸੁਚੇਤ ਰਹਿੰਦੇ ਸਨ। ਵਧੀਆ ਪਰਿਵਾਰ ਹੈ, ਸਮੁੱਚਾ ਪਰਿਵਾਰ ਹੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਸਮਾਜ ਦੀ ਸੇਵਾ ਦੇ ਵਿੱਚ ਲੱਗਾ ਹੋਇਆ। ਕਿਰਤੀ ਪਰਿਵਾਰ ਹੈ, ਆਪਣੇ ਹੱਥੀਂ ਕਿਰਤ ਕਰਕੇ, ਆਪਣੇ ਹੱਥੀਂ ਕੰਮ ਕਰਕੇ ਇਸ ਪਰਿਵਾਰ ਨੇ ਤਰੱਕੀ ਕਰਕੇ ਇਸ ਮੁਕਾਮ 'ਤੇ ਪਹੁੰਚੇ ਨੇ। ਸੋ ਬੜਾ ਸਤਿਕਾਰਯੋਗ ਪਰਿਵਾਰ ਹੈ ਸਾਡੇ ਇਲਾਕੇ ਦਾ, ਸ਼੍ਰੋਮਣੀ ਅਕਾਲੀ ਦਲ ਦਾ, ਅਤੇ ਸੋਚੀ ਮੇਰੀ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ, ਸਰਦਾਰ ਨਿਰਮਲ ਸਿੰਘ ਜੀ ਦਾ, ਸਮੁੱਚੇ ਪਰਿਵਾਰ ਦਾ, ਇਹਨਾਂ ਦੇ ਸਮੁੱਚੇ ਸਾਥੀਆਂ ਦਾ। ਭਾਵੇਂ ਬਿੰਦਰਕ ਪਿੰਡ ਹਮੇਸ਼ਾ ਹੀ ਅਗਾਂਹ ਵਧੂ ਸੋਚ ਦੇ ਮਾਲਕ ਰਹੇ ਨੇ, ਇੱਥੋਂ ਦੇ ਨਿਵਾਸੀ, ਇੱਥੋਂ ਦੇ ਆਲੇ ਦੁਆਲੇ ਜਿਹੜੇ ਹੋਰ ਨਗਰ ਨੇ ਉਹਨਾਂ ਦੇ ਸਰਪੰਚ ਸਾਹਿਬਾਨ ਨੇ, ਸਾਹਿਬਾਨ ਵੀ, ਘਾੜ ਦਾ ਜਿਹੜਾ ਇਲਾਕਾ ਹਮੇਸ਼ਾ ਮਹਿਸੂਸ ਕਰਦਾ ਰਿਹਾ ਕਿ ਅਸੀਂ ਪਿੱਛੇ ਹਾਂ, ਸਾਨੂੰ ਹੋਰ ਵੱਧ ਤੋਂ ਵੱਧ ਗ੍ਰਾਂਟਾਂ ਮਿਲਣ, ਵੱਡੇ ਪ੍ਰੋਜੈਕਟ ਆਉਣ। ਹਮੇਸ਼ਾ ਹੀ ਬੜੇ ਤਕੜੇ ਹੋ ਕੇ ਇਸ ਇਲਾਕੇ ਦੇ ਸਰਪੰਚ ਸਾਹਿਬਾਨ ਨੇ, ਇਲਾਕਾ ਨਿਵਾਸੀਆਂ ਨੇ, ਜਿਹੜੀ ਵੀ ਸਰਕਾਰ ਹੋਵੇ, ਬੜੇ ਤਕੜੇ ਹੋ ਕੇ ਆਵਾਜ਼ ਉਠਾਈ ਹੈ, ਅਤੇ ਉਹਦਾ ਸਿੱਟਾ ਵੀ ਹੈ,
कि काफ़ी ज़्यादा डिवेलपमेंट हुई है पर बहुत ज़्यादा रह भी गई है जी आने वाले समय के होगी। सानू यकीन है जो अजे सरदार निर्मल सिंह जी वर्गे सचेत सरपंच सचेत व्यक्ति इस इलाके के रेंदे हो। सो मैं अपने वालों सरदार निर्मल सिंह जी को ये श्रद्धा के फुल भेंट करदा अकाल पुरख वाहगुरू के चरणों के अरदास बेनती करदा कि हे सच्चे पातशाह वाहगुरू सरदार निर्मल सिंह जी अपने चरणों के निवास बख्शी और पिछे परिवार को भाणा मनण का बल बख्शी। अकाल पुरख वाहगुरू इस परिवार से आने वाले समय से भी मेरा प्रयास रखी कि आने वाले समय से परिवार ऐसे तरह धर्म की समाज की कौम की सेवा करता रहे। वाहगुरू जी का खालसा वाहगुरू जी की फतह। ਧੰਨਵਾਦ ਸਰਦਾਰ ਪ੍ਰਸਤਾਨ ਤੇ ਸਤਿਗੁਰਾਂ ਦੇ ਪਾਵਨ ਜਿਵੇਂ ਜਿਹੜਾ ਰੱਖੇ ਗੁਰੂ ਨੂੰ ਗੁਰੂ ਪਿਆਰੇ ਸਤਿ ਸ੍ਰੀ ਅਕਾਲ ਜੀਓ। ਸਭ ਤੋਂ ਪਹਿਲਾਂ ਦਾਸ ਦੀ ਹਾਜ਼ਰੀ ਲਵਾਓ, ਹੱਥ ਜੋੜੋ, ਸਤਿਗੁਰ ਸੀ ਚੁਕਾਓ ਅਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹੀ ਉਹ ਵਿਛੜੀ ਹੋਈ ਆਤਮਾ ਪਾਰ ਪਵਿੱਤਰ ਆਤਮਾ ਭਾਈ ਸਾਹਿਬ ਭਾਈ ਨਰਮਲ ਸਿੰਘ ਸਰਪੰਚ ਜਿਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਨ ਵਾਸਤੇ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹਨ। ਮਰਨ ਵਿਖਾਏ ਮੰਡਲ ਦੇ ਆਏ ਜੀਵਨ ਇਸ ਦੁਨੀਆਂ 'ਤੇ ਆਉਣ ਤੋਂ ਪਹਿਲਾਂ ਉਹਦਾ ਮਰਨਾ ਲਿਖਿਆ ਜਾਂਦਾ ਹੈ ਫਿਰ ਜਨਮ ਹੁੰਦਾ ਹੈ। ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਵੇ। ਜੰਮਣਾ ਅਤੇ ਮਰਨਾ ਉਹਦੇ ਹੁਕਮ ਵਿੱਚ ਹੈ, ਉਹਦਾ ਭਾਣਾ ਹੈ, ਹਰ ਇੱਕ ਨੂੰ ਮੰਨਣਾ ਪੈਂਦਾ ਹੈ। ਜੇ ਤੂੰ ਕਹਿ ਮੈਂ ਨਹੀਂ ਮੰਨਦਾ ਤਾਂ ਉਸ ਡਾਢੇ ਨੇ ਮਨਾ ਲੈਣਾ ਹੈ, ਹਰ ਇੱਕ ਨੂੰ ਮੰਨਣਾ ਪੈਂਦਾ ਹੈ। ਜੇ ਅਸੀਂ ਹੱਸ ਕੇ ਮਨ ਲਵਾਂਗੇ ਤਾਂ ਸਾਡੀ ਗਿਣਤੀ ਜਿਹੜੀ ਹੈ ਉਹ ਗੁਰਮੁਖਾਂ ਵਿੱਚ ਆ ਜਾਵੇਗੀ। ਜੇ ਰੋ ਕੇ ਮੰਨਾਂਗੇ ਤਾਂ ਸਾਡੀ ਗਿਣਤੀ ਮਨਮੁੱਖਾਂ ਵਿੱਚ ਆ ਜਾਵੇਗੀ। ਦੋ ਤਰ੍ਹਾਂ ਦੇ ਮਨੁੱਖ ਨੇ ਸੰਸਾਰ ਦੇ ਵਿੱਚ, ਗੁਰਮੁਖ ਹੈ, ਮਨਮੁੱਖ ਹੈ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਗੁਰੂ ਦੁਆਈ ਜੀ। ਭਾਈ ਨਰਮਲ ਸਿੰਘ ਜੀ ਇੱਥੋਂ ਲਾਹਾ ਲੈ ਕੇ ਗਏ ਨੇ, ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚੋਂ ਲਾਹਾ ਲੈ ਕੇ ਗਏ ਨੇ। ਬਹੁਤਾ ਸਮਾਂ ਆਜ਼ਾਦ ਨਹੀਂ ਦਿੰਦਾ, ਆਪ ਸਾਰਿਆਂ ਨੇ ਸਰਵਣ ਕਰ ਲਿਆ ਹੈ। ਧਰਮ ਖੇਤਰ ਦੇ ਵਿਦਵਾਨ ਆਏ, ਕੀਰਤਨੀਏ ਆਏ, ਸਿਆਸਤ ਖੇਤਰ ਦੇ ਮੁਤਬਰ ਆਏ, ਜਿਹਨਾਂ ਦੇ ਨਾਲ ਵਿਚਰੇ, ਜਿਹਨਾਂ ਨਾਲ ਤੁਰੇ, ਜਿਹਨਾਂ ਨਾਲ ਖੜੇ, ਸਾਰਿਆਂ ਨੇ ਸਭ ਕੁਝ ਦੱਸ ਹੀ ਦਿੱਤਾ ਹੈ। ਪਰ ਉਹਨਾਂ ਨੂੰ ਇੱਕ ਸੋਝੀ ਆਈ ਸੀ, ਗਿਆਨ ਹੋ ਗਿਆ ਸੀ ਗੁਰੂ ਤੋਂ, ਇਸ ਦੁਨੀਆਂ 'ਚ ਕਰਨ ਕੀ ਆਏ ਹਾਂ, ਇੱਥੇ ਕਰਨ ਕੀ ਆਏ ਹਾਂ, ਇਸ ਦੇਹੀ ਦਾ ਮਨੋਰਥ ਕੀ ਹੈ, ਇਸ ਦੇਹੀ ਦਾ ਮਕਸਦ ਕੀ ਹੈ, ਇਸ ਦੇਹੀ ਦਾ ਕੋਈ ਨਾ ਕੋਈ ਮਨੋਰਥ, ਕੋਈ ਨਾ ਕੋਈ ਪ੍ਰਯੋਜਨ ਜ਼ਰੂਰ ਹੈ। ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਸੀ, ਉਹਨਾਂ ਨੂੰ ਸੋਝੀ ਆ ਗਈ ਸੀ ਇਸ ਸਰੀਰ ਤੋਂ ਕੰਮ ਕੀ ਲੈਣਾ, ਸਰੀਰ ਕਾਹਦੇ ਵਾਸਤੇ ਮਿਲਿਆ ਹੈ, ਇਹ ਸਰੀਰ ਮੇਰਿਆ ਇਸ ਜਗ ਮੈਂ ਆ ਕੇ ਜਾਂ ਤਦ ਕਰਮ ਕਮਾਇਆ, ਕਿਆ ਕਰਮ ਕਮਾਇਆ ਤਦ ਸਰੀਰਾ, ਜਾਂ ਤੂੰ ਜਗ ਮੈਂ ਆਇਆ। ਔਰ ਇਸ ਗੱਲ ਦਾ ਗਿਆਨ ਸੀ ਉਹਨਾਂ ਨੂੰ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੁੰਬ ਜੋ ਤੂੰ ਦੇਖਦਾ ਚੱਲੇ ਨਹੀਂ ਤੇਰੇ ਨਾਲ, ਸਾਥ ਤੇਰੇ ਚੱਲੇ ਨਹੀਂ, ਜਿਸ ਨਾਲ ਤੂੰ ਜਿੱਤ ਲਾਈ ਹੈ ਐਸਾ ਕੰਮ ਮੁੱਲ ਨਾ ਕੀਤੇ ਜਿੱਤੇ ਅੰਤ ਪਛਤਾਈ। ਉਹਨਾਂ ਨੂੰ ਗਿਆਨ ਸੀ, ਸੋਝੀ ਹੋ ਗਈ ਸੀ, ਸੇਵਾ ਕਰ ਕਰਕੇ ਗਿਆਨ ਹੋ ਗਿਆ। ਉਹਨਾਂ ਸਾਰਾ ਪਤਾ ਸੀ, ਆਪਾਂ ਨੂੰ ਵੀ ਪਤਾ ਹੈ ਸਾਰਿਆਂ ਨੂੰ ਕਿ ਜਿਹੜਾ ਆ ਸਰੀਰ ਹੈ, ਆ ਕੁੰਭ ਹੈ, ਆ ਕੁਟੁੰਬ ਜਿਹੜਾ ਹੈ, ਕੁਟੁੰਬ ਕੀ ਹੈ, ਧੀਆਂ ਪੁੱਤਰ ਜਾਇਆ ਤਾਂ ਜਮੀਨਾ ਅਹੁਦੇ, ਇਹ ਤੇਰੇ ਨਾਲ ਨਹੀਂ ਜਾਂਦੇ। ਆਪਾਂ ਸੁਆਤਿਕ ਗੱਲ ਕਹਿ ਦਿੰਦੇ ਹਾਂ ਸਾਡਾ ਸਰੀਰ ਵੀ ਸਾਡੇ ਨਾਲ ਨਹੀਂ ਜਾਣਾ, ਇਹਦੇ 'ਚ ਦੋ ਰਾਵਾਂ ਨਹੀਂ ਹੈ, ਨਾ ਤਾਂ ਅਸੀਂ ਇੱਥੇ ਕੁਝ ਲੈ ਕੇ ਆਏ ਤੇ ਨਾ ਅਸੀਂ ਕੁਝ ਲੈ ਕੇ ਜਾਣਾ ਹੈ। ਪਰ ਧਿਆਨ ਦੇਣਾ ਖਾਲਸਾ ਜੀ, ਦੋ ਚੀਜ਼ਾਂ ਤੁਹਾਡੇ ਨਾਲ ਜਾਣੀਆਂ ਨੇ, ਦੋ ਗੱਠੜੀਆਂ ਨਾਲ ਬੰਨੀਆਂ ਜਾਣੀਆਂ ਨੇ। ਉਹ ਕਿਹੜੀਆਂ ਕਿਹੜੀਆਂ ਨੇ, ਚੰਗੀ ਆਈਆਂ, ਬੁਰੇ ਆਈਆਂ, ਬਾਚੇ ਧਰਮ ਅਧੂਰ, ਧਰਮ ਨਾਲ ਦੀ ਕਚਹਿਰੀ ਤੋਂ ਸਾਫ਼ ਤਾਰ ਵਰਤਿਆ ਜਾਣਾ, ਚੰਗਿਆਈਆਂ ਤੇ ਬੁਰਿਆਈਆਂ ਦਾ ਅਸੀਂ ਲੋਕ ਵੀ ਬਚਦੇ ਹਾਂ। ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦਾ ਹੁੰਦਾ ਨਾ, ਹੁਣ ਭਾਈ ਨਰਮਲ ਸਿੰਘ ਜੀ ਚੜ੍ਹਾਈ ਕਰਕੇ ਉਸ ਨੂੰ ਸਾਫ਼ ਤਾਂ ਬਚ ਰਹੇ ਹਾਂ, ਸਾਰੇ ਬਚ ਰਹੇ ਹਾਂ। ਆਪਾਂ ਕਹਿੰਦੇ ਚੰਗਾ ਮਨੁੱਖ ਸੀ, ਚੰਗਾ ਇਨਸਾਨ ਸੀ, ਧਰਮ ਇੱਕ ਧਰਮਿਕ ਬੰਦਾ ਸੀ, ਹਰ ਇੱਕ ਦੇ ਇਨਸਾਨ ਦੇ ਕੰਮ ਆਉਣ ਵਾਲਾ ਸੀ, ਆਪਾਂ ਸਾਫ਼ ਤਾਂ ਸਾਰੇ ਹੀ
ਬਾਅਦ ਰਹੇ ਹਨ। ਸਾਰਿਆਂ ਦਾ ਵਰਤਿਆ ਜਾਂਦਾ ਦਰਗਾਹ ਚ ਵੀ ਵਰਤਿਆ ਜਾਂਦਾ, ਗਰਮੀ ਆਪੋ ਆਪਣੀ ਇਹ ਨੇੜੇ ਤੇ ਦੂਰ, ਕਰਮਾਂ ਕਰਕੇ ਕੋਈ ਨੇੜੇ ਹੈ ਪਰਮਾਤਮਾ ਦੇ, ਕਰਮਾਂ ਕਰਕੇ ਦੂਰ ਚਲਾ ਜਾਂਦਾ, ਮਾੜੇ ਕਰਮਾਂ ਕਰਕੇ ਦੂਰ ਚੰਗਿਆਂ ਕਰਕੇ ਨੇੜੇ ਚਲੇ ਜਾਂਦਾ। ਕਰਮੀ ਆਪੋ ਆਪਣੀ ਇਹ ਨੇੜੇ ਇਹ ਦੂਰ, ਜਿਹਦੀ ਨਾਮ ਤੇ ਆਇਆ ਗੈਮ ਸੰਗਤ ਕਾਲ ਨਾਨਕ ਤੇ ਮੁਖ ਉਜਲੇ ਇਹਦੀ ਛੁੱਟੀ ਨਾ। ਉਹ ਆਪ ਵੀ ਛੁੱਟੇ ਤੇ ਕਈਆਂ ਨੂੰ ਛੁਡਾ ਕੇ ਵੀ ਲੈ ਕੇ ਆਪ ਇਸ ਰਾਹ ਤੇ ਤੁਰੇ ਤੇ ਕਈਆਂ ਨੂੰ ਤੋੜ ਕੇ ਵੀ ਚਲੇ ਗਏ, ਉਹਦਾ ਪਰਿਵਾਰ ਵੀ ਸਾਰਾ ਇਸ ਰਾਹ ਤੇ ਤੁਰਿਆ। ਬੜਾ ਸਤਿਕਾਰ ਬੜਾ ਮਾਨ ਦਿੰਦੇ ਸੀ, ਅਮਾਗੀ ਤੇ ਲੰਗਰ ਲੈ ਕੇ ਆਉਣਾ ਤੇ ਘਰੇ ਸਾਰਾ ਲੰਗਰ ਤਿਆਰ ਹੁੰਦਾ ਸੀ। ਇਹਨਾਂ ਪੁੱਤਰਾਂ ਨੇ ਵੀ ਕਹਿਣਾ ਬਾਬੇ ਜਿਹੜੀ ਚੀਜ਼ ਦੀ ਲੋੜ ਹੈ, ਦੁੱਧ ਪਾਣੀ ਜੋ ਵੀ ਚਾਹੀਦਾ ਸਾਨੂੰ ਦੱਸ ਦਿਓ, ਆਪ ਦੇ ਕੋਲ ਬੈਠੇ ਰਹਿਣਾ ਸਾਡੇ। ਹੁਣ ਵੀ ਉਹਨਾਂ ਦੇ ਪਿਆਰ ਦੀ ਖਿੱਚ ਹੋਈ, ਹੇਮਕੁੰਟ ਸਾਹਿਬ ਲੰਗਰਾਂ ਦੀ ਸੇਵਾ ਚੱਲਦੀ ਹੈ ਜੋ ਕਿ ਅਕਤੂਬਰ ਤੱਕ ਚੱਲਣੀ, ਮਈ ਤੋਂ ਸ਼ੁਰੂ ਹੋ ਜਾਂਦੀ, ਮਈ ਚ ਕਵਾੜ ਖੁੱਲ ਜਾਂਦੇ ਸੀ ਹੇਮਕੁੰਟ ਸਾਹਿਬ ਦੇ 25 ਮਈ ਨੂੰ, 10 ਅਕਤੂਬਰ ਨੂੰ ਸਮਾਪਤ ਹੁੰਦੇ ਨੇ। ਉੱਥੇ ਮੇਰੇ ਕੋਲ ਫੋਨ ਗਿਆ ਸੁਰਜੀਤ ਸਿੰਘ ਸੁੱਖੀ ਦਾ ਕਿ ਸਰਪੰਚ ਸਾਹਿਬ ਚਾਚਾ ਜੀ ਚੜ੍ਹਾਈ ਕਰਕੇ ਦੇ। ਪਹਿਲਾਂ ਮੈਂ ਕਿਹਾ ਔਖਾ ਮੁਸ਼ਕਲ ਹੈ ਨੀ ਦੂਰੋਂ ਆਉਣਾ, ਪਰ ਉਹ ਪਿਆਰਾਂ ਦੀਆਂ ਤਰੰਗਾਂ ਨੇ ਐਸੀ ਖਿੱਚ ਪਾਈ ਤੇ ਐਡੋ ਮਟਕਲੀ ਖਿੱਚੇ ਗਏ ਤੇ ਆਏ ਹਾਜ਼ਰੀ ਲਵਾਉਣ ਵਾਸਤੇ। ਕੱਲ੍ਹ ਮੈਂ ਫੋਨ ਕੀਤਾ, ਮੈਂ ਪਹੁੰਚ ਗਿਆ, ਕਹਿੰਦੇ ਬਾਬਾ ਤੁਸੀਂ ਆਉਣਾ ਜ਼ਰੂਰ, ਫਿਰ ਸਾਡੇ ਪਰਿਵਾਰ ਕੋਲੋਂ ਧੰਨਵਾਦ ਵੀ ਤੁਸੀਂ ਕਰਨਾ ਤੇ ਜ਼ਰੂਰ ਹਾਜ਼ਰੀ ਭਰਿਓ। ਇਹ ਪਿਆਰ ਦੀਆਂ ਖਿੱਚਾਂ ਨੇ, ਪਿਆਰ ਦੀਆਂ ਤਰੰਗਾਂ ਨੇ, ਹਰ ਇੱਕ ਨੂੰ ਪਿਆਰ ਨਾਲ ਦਿੱਤਾ, ਪਿਆਰ ਹੀ ਵੰਡਿਆ ਹੈ। ਅੱਜ ਪਿਆਰ ਦੀ ਮੂਰਤ ਸਾਰੇ ਆਪਾਂ ਬੈਠੇ ਤਾਂ ਪਿਆਰ ਦੀ ਸਾਰਾ ਇਕੱਠ ਜਿਹੜਾ ਹੈ ਨਾ, ਕਹਿੰਦੇ ਕੋ ਸੋਭਾ ਨੇ ਦੇਖਿਆ ਹੀ ਪਰਿਵਾਰ, ਇਹ ਸਾਰਾ ਉਹਨਾਂ ਦੇ ਪਿਆਰ ਦੀ ਬਦੌਲਤ ਹੈ। ਮੈਂ ਬਹੁਤਾ ਸਮਾਂ ਲਾ ਲਵਾਂ, ਪਰਿਵਾਰ ਵੱਲੋਂ ਸਾਰੀ ਆਈ ਸੰਗਤ ਦਾ ਧੰਨਵਾਦ ਜੀ ਆਇਆ, ਪਰ ਪਰਿਵਾਰ ਵੱਲੋਂ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ, ਦੇਗਾਂ ਵਰਤ ਚੁੱਕੀਆਂ ਨੇ, ਵਰਤ ਰਹੀਆਂ ਨੇ ਤੇ ਗੁਰੂ ਘਰ ਅੰਦਰ ਤਿਆਰ ਨੇ, ਸਾਰੀਆਂ ਸੰਗਤਾਂ ਨੇ ਗੁਰੂ ਘਰ ਅੰਦਰ ਸੜ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ। ਆਹ ਦਾਸ ਨੂੰ ਕਰ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।